ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਦੋਸਤ ਰਣਜੀਤ ਸਿੰਘ ਰਿਹਲ ਵੀਜ਼ਾ ਹੱਬ ਇਮੀਗ੍ਰੇਸ਼ਨ ਤੋਂ, ਔਰ ਅੱਜ ਇੱਕ ਹੋਰ ਸਕਸੈਸ ਸਟੋਰੀ ਲੈ ਕੇ ਆਇਆ ਜੀ। ਦੁਬਈ ਤੋਂ ਸਾਡੇ ਨਾਲ ਜੁੜੇ ਸੀਗੇ ਮਿਸਟਰ ਕਮਿਲ ਪਾਲੀਕਰ ਜੀ, ਜਿਨ੍ਹਾਂ ਦੀ ਫਾਈਲ ਅਸੈਸ ਕੀਤੀ ਗਈ ਐਂਡ ਉਸ ਫਾਈਲ 'ਤੇ ਮਿਹਨਤ ਕੀਤੀ ਗਈ ਐਂਡ ਹੀ ਗੋਟ ਦਾ ਵੀਜ਼ਾ। ਦੁਬਈ ਬੈਠੇ ਹੋਏ ਸੀਗੇ ਐਂਡ ਔਨਲਾਈਨ ਫਾਈਲ ਲਗਾਈ ਗਈ ਸੀਗੀ ਐਂਡ ਹੀ ਗੋਟ ਦਾ ਓਰੀਜਨਲ ਪਾਸਪੋਰਟ ਰਿਕੁਐਸਟ ਲੈਟਰ। ਐਂਡ ਜਦੋਂ ਮੈਂ ਇਨਫੋਰਮ ਕੀਤਾ ਉਹਨਾਂ ਨੂੰ, ਡਾਇਰੈਕਟ ਦੁਬਈ ਤੋਂ ਆਏ ਨੇ ਐਂਡ ਇਸ ਟਾਈਮ ਸਾਡੇ ਆਫਿਸ ਨੇ। ਸੋ ਕਮਿਲ ਜੀ, ਤੁਸੀਂ ਆਪਣੇ ਵਿਚਾਰ ਸਾਡਾ ਸਾਂਝੇ ਕਰੋ। ਹਾਊ ਡੂ ਯੂ ਫੀਲ ਵਾਈਲ ਡੂਇੰਗ ਆਲ ਦਾ ਫਾਈਲਿੰਗ ਵਿਦ ਵੀਜ਼ਾ ਹੱਬ? ਪਲੀਜ਼। ਫਿਲਹਾਲ ਤਾਂ ਯਹਾਂ ਪਰ ਮਤਲਬ ਈਜ਼ੀ ਥਾ, ਮੈਂ ਇਨਕੀ ਵੀਡੀਓਜ਼ ਬਹੁਤ ਸਾਰੇ ਦੇਖਦਾ ਥਾ, ਤੋ ਜਬ ਮੈਂ ਇਨਕੀ ਵੀਡੀਓਜ਼ ਦੇਖੀ ਤੋ ਮੁਝੇ ਸਟੈਪ ਬਾਈ ਸਟੈਪ ਐਟਲੀਸਟ ਜਾਣਕਾਰੀ ਤੋ ਮਿਲ ਗਈ ਕਿ ਕਿਆ ਕਰਨਾ ਹੈ, ਕਿਆ ਕਿਆ ਡਾਕੂਮੈਂਟਸ ਚਾਹੀਏ। ਫਿਰ ਮੈਂ ਇਨਕੋ ਕੰਟੈਕਟ ਕੀਆ, ਫਿਰ ਉਹਨਾਂ ਨੇ ਮੁਝੇ ਇੱਕ ਲਿਸਟ ਭੇਜੀ ਥੀ ਕਿ ਕਿਆ ਕਿਆ ਡਾਕੂਮੈਂਟਸ ਲਾਣੇ ਹੈ, ਬੈਂਕ ਸਟੇਟਮੈਂਟ ਚਾਹੀਏ 6 ਮਹੀਨੇ ਕਾ, ਉਹ ਵੀ ਅੱਛਾ ਵਾਲਾ। ਫਿਰ ਉਸਕੇ ਬਾਅਦ ਮੇਰਾ ਐਜੂਕੇਸ਼ਨ ਔਰ ਮੈਂ ਕਿਤਨੀ ਕੰਟਰੀਜ਼ ਘੁੰਮਾ ਹੂੰ, ਕਿਤਨੇ ਕਹਾਂ ਕਹਾਂ ਰਹਾ ਹੂੰ, ਵੋ ਸਭ ਮੁਝੇ ਸਬਮਿਟ ਕਰਨੇ ਥੇ ਡਾਕੂਮੈਂਟਸ, ਮੈਂ ਸਭ ਸਬਮਿਟ ਕਰ ਦੀਏ ਔਰ ਫਿਰ ਤਕਰੀਬਨ ਬੋਲੀ 3 ਹਫ਼ਤੇ ਬਾਅਦ ਮੁਝੇ ਆਪਣੀ ਵੀਜ਼ਾ ਮਿਲ ਗਈ, ਜੋ ਕਿ ਯਹਾਂ ਕਾ ਵੀ ਮੈਂ ਇੰਡੀਆ ਮੈਂ ਆ ਕੇ ਲੈ ਰਹਾ ਹੂੰ। ਠੀਕ, ਐਂਡ ਹੀ ਇਜ਼ ਅ ਬੈਚਲਰ ਗਾਇ। ਠੀਕ ਹੈ, ਅੱਛਾ, ਅਬ ਇਸ ਵੀਡੀਓ ਕੇ ਬਾਅਦ ਮੈਂ ਆਪ ਸਭ ਲੋਗ ਕੋ ਯੇ ਜ਼ਰੂਰ ਕਹਿਣਾ ਚਾਹਤਾ ਹੂੰ ਦੋਸਤੋ, ਕਿ ਅਬ ਸਾਰੇ ਦੁਬਈ ਵਾਲੋਂ ਕੇ ਵੀਜ਼ਾ ਵੀ ਨਹੀਂ ਲੱਗ ਸਕਤੇ ਡਾਇਰੈਕਟ ਕੈਨੇਡਾ ਸੇ। ਇਨਕੀ ਪ੍ਰੋਫਾਈਲ ਅੱਛੀ ਥੀ, ਹੀ ਇਜ਼ ਹੈਵਿੰਗ ਵੈਰੀ ਗੁੱਡ ਸੈਲਰੀ, ਅੱਛੀ ਸੈਲਰੀ ਥੀ ਇਨਕੀ ਐਂਡ ਅੱਛੀ ਕੰਪਨੀਜ਼ ਮੇ ਇਹਨੇ ਕੰਮ ਕੀਆ ਹੁਆ ਹੈ, ਅਭੀ ਵੀ ਅੱਛੀ ਕੰਪਨੀ ਮੇ ਕੰਮ ਕਰ ਰਹੇ ਹੈ। ਸੋ ਜਿਨ ਲੋਗੋਂ ਕੀ ਸੈਲਰੀਜ਼ ਆਲਮੋਸਟ 5,000-6,000 ਦਰਾਮ ਸੇ ਉੱਪਰ ਹੈ, ਉਨਕੇ ਚਾਂਸਿਸ ਵੀਜ਼ਾ ਲਗਨੇ ਕੇ ਜ਼ਿਆਦਾ ਹੋਤੇ, ਪਲੱਸ ਉਨਕਾ ਡੈਜ਼ਿਗਨੇਸ਼ਨ ਕੌਨ ਸਾ ਹੈ ਔਰ ਉਨਕੀ ਬੈਕ ਹਿਸਟਰੀ ਕਿਆ ਹੈ, ਉਨਕੇ ਚਾਂਸਿਸ ਅੱਛੇ। ਜਿਨ ਲੋਗੋਂ ਕੀ ਸੈਲਰੀ ਵਹਾਂ ਪੇ 2,000 ਦਰਾਮ ਹੈ, 1,500 ਹੈ, 3,000 ਹੈ, ਉਨਕੇ ਚਾਂਸਿਸ ਕਮ ਹੈ। ਸੋ ਪਲੀਜ਼ ਆਪਣੀ ਪ੍ਰੋਫਾਈਲ ਕੋ ਦੇਖੀਏ, ਉਸਕੋ ਜਜ ਕੀਜੀਏ ਐਂਡ ਦੈਨ ਹਮਸੇ ਆਪ ਸੰਪਰਕ ਕਰ ਸਕਤੇ। ਥੈਂਕ ਯੂ।